मालको अफसरो मैनू दसो हुण मेरे तो की गुनाह आ गया। बड़ा कुड़ियां वाल झाकदा सी नीचे, जे ओ बालियां सोणियां उंदे नाल ही गल कर लै, मेरे कोल टिंडे लैण आंदा। मैं तैनू किन्नी वारी कुत्ते वांगू भौंक भौंक के दस्या भी तेरे तो अलावा कोई होर बीमारी मेरी जिंदगी च नहीं आ सकदी। मैं बीमारी लगदी है तैनू? ओ मेरा मतलब बीमारी नहीं, मतलब प्यारी प्यारी, मैं कहना प्यारी। असल च वो कुड़िया नू मैं वेख वेख के इदां हस रहा सी। ओ तां मैं तां हसदा सी कि कुड़ियो तुसी किन्ना जोर लाउंदियां जे अपनी खूबसूरती ते, पर मेरी राधिका वर्गी नहीं बन सकदी। मैं तैनू प्यारी लगदी? बहुत ज्यादा। अच्छा फिर दसो तुसी मैनू किन्ना प्यार करदे हो? जिन्ना शाहजहां मुमताज नू करदा सी। सच्ची? फिर ताजमहल बनाओगे मेरे लिए? मैं तो तीन कनाला थान लै के रजिस्ट्री करा के बैठा, तू मरन वाली ते बण। मुर्दा बोलो कप्पड़ फाड़ू, मेरे नाल ना बोली। ओ राधे, ओ राधे, किथे चली है? मरन चलियां। तैनू ज्यादा खाली है मरन दी? पहले पूरी गल तो सुन ला। मैं सोचा सी जदों अपने विआह तो बाद दोवें जाने दो तरे पोतरियां वाले हो के तू 70-80 साल दी हो के मरेंगी, उदों ताजमहल बनाऊंगा। नहीं नहीं कराना तेरा विआह, किसी होर ना करा ले। ਬੰਦੇ ਕੋਲ ਕਿੱਥੇ ਅੰਦਾਜ਼ੇ ਲੱਗਦੇ ਆ। ਮੇਰੇ ਕੋਲ ਤਾਂ ਭੁਲੇਖੇ ਨਾਲ ਚਾਹ ਵੀ ਵੱਧ ਬਣ ਗਈ ਆ। ਅੱਜ ਤਾਂ ਨੈੱਟ 'ਤੇ ਵੀ ਚਾਹ ਬਾਰੇ ਖਬਰਾਂ ਆਈਆਂ। ਚਾਹ ਪੀਣ ਨਾਲ ਵੱਧਦੀ ਹੈ ਰਿਸ਼ਤਿਆਂ 'ਚ ਮਜ਼ਬੂਤੀ, ਮਿੱਠੀ ਚਾਹ ਵਧਾਵੇ ਰਿਸ਼ਤਿਆਂ 'ਚ ਮਿਠਾਸ। ਨੈੱਟ ਵਾਲੇ ਪਤਾ ਨਹੀਂ ਕੀ ਕੀ ਲਿਖਦੇ ਰਹਿੰਦੇ ਆ। ਲੋਕ ਚਾਹ ਪੀ ਲੈਂਦੇ ਪਰ ਇਹ ਨਹੀਂ ਵੀ ਕਿਤੇ ਤਰੀਫ ਦਾ ਇੱਕ ਅੱਧਾ ਬੋਲ ਬੋਲਦੀਏ। ਪਤਾ ਨਹੀਂ ਕਿਉਂ ਜ਼ਬਾਨ ਨੂੰ ਇਹਨਾਂ ਦੀ ਨਵਾਲ ਪੈ ਜਾਂਦਾ। ਤੂੰ ਚਾਹ 'ਚ ਚੀਨੀ ਪਾਈਏ? ਹਾਂਜੀ। ਤੈਨੂੰ ਨਹੀਂ ਪਤਾ ਮੈਂ ਗੁੜ ਵਾਲੀ ਚਾਹ ਪੀਂਦੀ ਹਾਂ? ਨਹੀਂ, ਅੱਗੇ ਰੋਜ਼ ਚਾਹ ਮੈਂ ਬਣਾਉਂਦਾ ਵਾਂ। ਇਹ ਨਹੀਂ ਆ ਵੀ ਉਹ ਚਾਹ ਬਣਾ ਕੇ ਲਿਆਇਆ ਅਤੇ ਮੈਂ ਉਹਦਾ ਥੈਂਕਸ ਕਰਦਾ, ਉਹ ਤੋਂ ਮੇਰੇ ਨਾਲ ਕਲੇਸ਼ ਕਰੀ ਜਾਂਦੀ ਹੈ ਤੂੰ। ਉਹੀ ਗੱਲ ਹੈ, ਫਿਰ ਨਾਰਾਜ਼ ਹੋ ਗਿਆ। ਮੈਨੂੰ ਹੀ ਜਾਣਾ ਪੈਣਾ। ਕਿੱਧਰ? ਇੱਧਰ। ਨੰਗੇ ਪੈਰੀ ਰੱਬ ਘਰ ਆਈ? ਜਦੋਂ ਕਿਸੇ ਨਾਲ ਇਸ਼ਕ ਹੋ ਜਾਂਦਾ ਨਾ, ਫਿਰ ਉਹਦੇ ਵਿੱਚ ਹੀ ਰੱਬ ਦਿਸਣ ਲੱਗ ਜਾਂਦਾ। ਤੈਨੂੰ ਕੁਛ ਜ਼ਿਆਦਾ ਹੀ ਨਹੀਂ ਰੱਬ ਦੇਖਦਾ? ਇਹ ਮੱਖਣ ਕਿਸੇ ਹੋਰ ਨੂੰ ਲਾਉਣੀ ਹੁਣ ਤੂੰ। ਤੈਨੂੰ ਪਤਾ ਰਾਤ ਮੈਂ ਕਿੱਦਾਂ ਕੱਟੀ? ਕਿੰਨਾ ਬੱਦਲ ਗਰਜਦਾ ਸੀ, ਬਿਜਲੀ ਲਿਸ਼ਕਦੀ ਸੀ, ਸਾਰੀ ਰਾਤ ਠੰਡ 'ਚ ਮਰਦਾ ਰਿਹਾ। ਠੰਡ 'ਚ ਤਾਂ ਮਰਨਾ ਹੀ ਸੀ, ਫਿਰ ਤੈਨੂੰ ਕੀ ਲੋੜ ਸੀ ਕੁੜੀ ਨਾਲ ਹੱਸ ਹੱਸ ਕੇ ਗੱਲਾਂ ਮਾਰਨ ਦੀ? ਅੱਛਾ। ਹਰ ਵੇਲੇ ਮੈਨੂੰ ਹਰਟ ਹੀ ਕਰਦਾ ਰਹਿੰਦਾ, ਪਤਾ ਨਹੀਂ ਤੈਨੂੰ ਕਦੋਂ ਮੇਰਾ ਪਿਆਰ ਸਮਝ ਆਊਗਾ। ਅੱਛਾ, ਤੈਨੂੰ ਇੱਦਾਂ ਲੱਗਦਾ ਕਿ ਮੈਂ ਲੁੱਚਾ ਹਾਂ ਅਤੇ ਠਰਕੀਆਂ ਕੁੜੀਆਂ ਨਾਲ ਗੱਲਾਂ ਕਰਕੇ ਖੁਸ਼ ਰਹਿੰਦਾ? ਬੋਲਦਾ ਨਾ ਸੱਚ ਆਪਣੇ ਮੂੰਹੋਂ, ਸਿਰੇ ਦਾ ਲੁੱਚਾ ਅਤੇ ਠਰਕੀ ਲੱਗਦਾ ਤੂੰ। ਮੇਰੀ ਗੱਲ ਸੁਣ ਲਾ ਕੰਨ ਖੋਲ੍ਹ ਕੇ, ਤੇਰਾ ਆਧਾਰ ਕਾਰਡ ਕੱਢ ਕੇ ਮੈਂ ਦੇਣਾ ਤੈਨੂੰ, ਸ਼ਾਮ ਵਾਲੀ ਸਰਕਾਰੀ ਬੱਸ ਚੜ੍ਹ ਕੇ ਅਤੇ ਆਪਣੇ ਪਿੰਡ ਨੂੰ ਵਗਦਾ ਤੂੰ। ਰਹਿ ਲੇਗਾ ਮੇਰੇ ਬਿਨਾਂ? ਰਹਿ ਲੂੰਗਾ। ਲੱਭ ਲੇਗਾ ਮੇਰੇ ਵਰਗੀ? ਪਤਾ ਨਾ ਤੈਨੂੰ ਕਿੱਦਾਂ ਕੁੜੀਆਂ ਮੇਰੇ ਨਾਲ ਹੱਸ ਹੱਸ ਕੇ ਗੱਲਾਂ ਕਰਦੀਆਂ। ਰੱਬ ਤੈਨੂੰ ਤੇਰੀ ਜਿਹੀ ਨਵਾਜ਼ੇ ਅਤੇ ਤੂੰ ਮੈਨੂੰ ਪਾਉਣ ਲਈ ਤਰਸੇ। ਹੱਥ ਛੱਡ ਮੇਰਾ, ਨਾਲੇ ਆਪਣੀਆਂ ਘਟੀਆ ਜੀ ਸ਼ਾਇਰੀ ਆਪਣੇ ਕੋਲ ਹੀ ਰੱਖ ਦੂੰ। ਇਹ ਸ਼ਾਇਰੀ ਨਹੀਂ, ਮੇਰੇ ਜਜ਼ਬਾਤ ਨੇ। ਉਹ ਤੇਰੇ ਜਜ਼ਬਾਤਾਂ ਨੂੰ ਮੈਂ ਜੁੱਤੀ ਦੀ ਨੋਕ 'ਤੇ ਨਹੀਂ ਰੱਖਦਾ।
ਐਵੇਂ ਮੇਰੇ ਲਾਗੇ ਡੁੱਸ ਡੁੱਸ ਨਾ ਕਰੀ ਜਾ। ਆਪਣਾ ਸਮਾਨ ਫੜਨ ਤੇ ਤੁਰ ਦਿਵਾਣੇ ਇੱਥੋਂ। ਸੁਣਿਆ ਨਹੀਂ ਮੈਂ ਕੀ ਕਿਹਾ ਤੈਨੂੰ? ਆਵੇ ਪੂਰੇ ਹੈ ਨਾ ਤੇਰੇ ਸੂਟ। ਆ ਫੜ ਆਪਣਾ ਆਧਾਰ ਕਾਰਡ ਚੱਲ। ਇੱਕ ਵਾਰ ਚੱਲ ਕੇ ਨਾ ਮੁੜ ਕੇ ਵੀ ਨਹੀਂ ਆਉਂਗੀ। ਤੈਨੂੰ ਬੁਲਾਉਂਦਾ ਕੌਣ ਹੈ ਮੁੜ ਕੇ ਇੱਥੇ? 4:30 ਵਾਲੀ ਬੱਸ ਆ, 4:15 ਹੋ ਗਿਆ, ਨਿਕਲਦੀ ਹੋ ਇੱਥੋਂ। ਤੁਸੀਂ ਮੈਨੂੰ ਛੱਡਣ ਵੀ ਨਹੀਂ ਜਾਉਂਗੇ? ਜੇ ਛੱਡਣ ਗਿਆ ਤਾਂ ਮੋਟਰਸਾਈਕਲ 'ਤੇ ਬਹਿ ਕੇ ਸਾਰਾ ਕੰਮ ਖਰਾਬ ਹੋ ਜਾਣਾ। ਮੈਂ ਬੈਗ ਰੱਖ ਲੂੰਗੀ ਸੈਂਟਰ 'ਚ। ਜੇ ਬੈਗ ਰੱਖ ਲਿਆ ਤਾਂ ਫਿਰ ਮੈਨੂੰ ਛੱਡਣ ਜਾਣ ਦਾ ਕੀ ਫਾਇਦਾ? ਰਹਿਣ ਤੇ ਮੈਂ ਆਪਣੇ ਆਪ ਚਲੀ ਜਾਣਾ। ਕੋਈ ਨਾ, ਮੈਂ ਛੱਡ ਆਉਂਦਾ ਵਾਂ, ਕੋਈ ਨਾ। ਚਲੋ ਯਾਰ, ਬਾਹਰ ਤੇ ਬੱਦਲ ਬੜਾ ਹੋਇਆ। ਫਿਰ ਛਤਰੀ ਲੈ ਲੈਂਦੀ ਆ। ਤੂੰ ਪੱਕਾ ਸੋਚ ਲਿਆ ਵੀ ਤੂੰ ਚੱਲ ਜਾਣਾ? ਤੁਸੀਂ ਆਪ ਵੀ ਤਾਂ ਕਹਿੰਦੇ ਹੋ ਕਿ ਚੱਲ ਜਾ। ਚੱਲ ਮੈਂ ਤੈਨੂੰ ਮਾਫ ਕੀਤਾ, ਪਰ ਮੈਂ ਤਾਂ ਤੇਰੇ ਤੋਂ ਮਾਫੀ ਮੰਗੀ ਨਹੀਂ ਹੈ। ਕਮਲੀ, ਮੈਂ ਐਕਸਰੇ ਕਰਕੇ ਤੇਰਾ ਦਿਲ ਪੜ ਲਿਆ ਵਾ, ਉਹਦੇ 'ਚ ਤਾਂ ਤੂੰ ਹੱਥ ਜੋੜ ਕੇ ਮੇਰੇ ਕੋਲ ਮਾਫੀਆਂ ਮੰਗ ਰਹੀ। ਪਲੀਜ਼ ਮੈਨੂੰ ਮਾਫ ਕਰ ਦਿਓ, ਮੈਨੂੰ ਰੱਖ ਲਓ। ਜੇ ਇੰਨਾ ਦਿਲ ਪੜ ਲੈਂਦਾ ਫਿਰ ਰਾਤੀ ਕਿਉਂ ਨਹੀਂ ਆਇਆ? ਕੋਈ ਨਹੀਂ, ਜੇ ਰਾਤ ਵਾਲੀ ਗਲਤੀ ਨੂੰ ਆਪਾਂ ਹੁਣ ਸੁਧਾਰ ਲਈਏ ਤਾਂ।